ਦੇਖੋ ਮੈਂ ਤੇ CAA ਦੇ ਮੈਂ ਪਹਿਲੇ ਦਿਨ ਤੋਂ ਹੀ ਅਗੇਂਸਟ ਹਾਂ। ਜੋ ਅੱਜ ਮਨਪ੍ਰੀਤ ਬਾਦਲ ਹੋਣਾ ਨੇ ਸਪੀਚ ਕੀਤੀ ਆ, ਤੁਸੀਂ ਵੀ ਅੰਦਰ ਸੁਣਿਆ, ਪੰਜਾਬ ਦੇ ਵਿੱਚ ਹਰ ਜਿਹੜਾ 70% ਲੋਕ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਆ, ਅਤੇ ਉਹ 70% ਲੋਕ ਜਿਹੜੇ ਲਾਲ ਡੋਰਾ ਦੇ ਵਿੱਚ ਤੁਹਾਡੇ ਵੀ ਰਹਿੰਦੇ ਹੋਣਗੇ, ਤੁਹਾਨੂੰ ਵੀ ਪਤਾ ਕਿ ਤੁਸੀਂ ਲਾਲ ਲਕੀਰ ਦੇ ਅੰਦਰ ਹੋ। ਸਾਡੀ ਕੋਈ ਉੱਥੇ ਨਾ ਰਜਿਸਟਰੀ, ਨਾ ਕਿਸੇ ਦੀ ਆਈਡੈਂਟੀਫਿਕੇਸ਼ਨ, ਨਾ ਕੋਈ ਉਹਦੇ 'ਤੇ ਕੋਈ ਗੱਲ, ਉਹ ਕਿੱਥੇ ਅਸੀਂ ਤਾਂ ਮਤਲਬ ਕੋਰਟਾਂ 'ਚ ਤੁਰੇ ਫਿਰਾਂਗੇ। ਇਸ ਕਰਕੇ ਬਿਲਕੁਲ ਮੈਂ ਤਾਂ ਬਿਲਕੁਲ ਨਹੀਂ ਅਪਲਾਈ ਕਰੂੰਗਾ ਐਜ਼ ਏ ਸੁਖਜਿੰਦਰ ਸਿੰਘ ਕਿ ਮੈਂ ਹਿੰਦੁਸਤਾਨੀ ਹਾਂ। ਮੇਰੇ ਦਾਦਾ, ਮੇਰੇ ਪੜਦਾਦੇ, ਮੇਰੇ ਪੁਰਾਣਾ ਸਾਰੇ ਅਸੀਂ ਹਿੰਦੁਸਤਾਨ ਦੇ ਵਸਨੀਕ ਹਾਂ। ਦੋ ਥਾਵਾਂ 'ਤੇ ਜਿਹੜੀ ਹੋਈ ਸੀ, ਇੱਕ ਪੰਜਾਬ ਔਰ ਇੱਕ ਪਾਕਿਸਤਾਨ ਦੇ, ਦੋ ਪੰਜਾਬਾਂ ਦੀ ਵੰਡ ਹੋਈ, ਬਾਕੀ ਤਾਂ ਹਿੰਦੁਸਤਾਨ 'ਚ ਕੋਈ ਗੱਲ ਨਹੀਂ। ਅਤੇ ਇਹਦਾ ਮਤਲਬ ਸਾਨੂੰ ਇਹ ਚੀਜ਼ ਤੋਂ ਕਰਨਾ ਚਾਹੁੰਦੇ, ਇਹ ਬਿਲਕੁਲ ਨਹੀਂ ਮੰਨਿਆ ਜਾਏਗਾ। ਅੱਜ ਜੋ ਰੈਜੂਲੇਸ਼ਨ ਆ ਗਿਆ, ਅਸੀਂ ਜੇ ਅੰਦਰ ਜੋ ਪਾਸ ਹੋ ਗਿਆ ਉਹਦੇ ਨਾਲ ਅਸੀਂ ਸਾਰੇ ਖੜ੍ਹੇ ਹਾਂ।